ਹੈਲੋ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਮਾਤ ਚੌਥੀ ਦੇ ਸਮੂਹ ਵਿਦਿਆਰਥੀ ਜਿਹੜੇ ਇਸ ਵੀਡੀਓ ਤੱਕ ਪਹੁੰਚੇ ਨੇ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸਵਾਗਤ ਕਰਦਾ ਜੀ। ਬੱਚਿਆਂ ਦੇ ਨਾਲ ਬੈਠੇ ਉਹਨਾਂ ਦੇ ਮਾਤਾ ਪਿਤਾ, ਛੋਟੇ ਵੱਡੇ ਭੈਣ ਭਰਾ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀ, ਸਾਰਿਆਂ ਦਾ ਮੈਂ ਸਵਾਗਤ ਕਰਦਾ ਹਾਂ। ਬੱਚਿਓ, ਆਸ ਕਰਦਾ ਹਾਂ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ। ਜਿੱਥੇ ਕਰੋਨਾ ਕਾਲ ਦੇ ਦੌਰਾਨ ਤੁਸੀਂ ਸਟੱਡੀ ਕਰਕੇ ਸਾਬਤ ਕੀਤਾ ਸੀ, ਅਧਿਐਨ ਕਰਕੇ ਸਾਬਤ ਕੀਤਾ ਸੀ, ਲਗਾਤਾਰ ਪੜ੍ਹ ਕੇ ਸਾਬਤ ਕੀਤਾ ਸੀ ਕਿ ਹਾਲਾਤ ਕੋਈ ਵੀ ਹੋਣ, ਅਸੀਂ ਪਿੱਛੇ ਹਟਣ ਵਾਲੇ ਨਹੀਂ, ਅਸੀਂ ਆਪਣੀ ਮੰਜ਼ਿਲ ਤੋਂ ਭਟਕਣ ਵਾਲੇ ਨਹੀਂ, ਅਸੀਂ ਲਗਾਤਾਰ ਪੜ੍ਹ ਕੇ ਸੁਚੇਤ ਹੋ ਕੇ ਲਗਾਤਾਰ ਕੰਮ ਕਰਕੇ ਟੈਸਟ ਦੇ ਕੇ ਚੰਗੀਆਂ ਪ੍ਰਾਪਤੀਆਂ ਕਰਕੇ ਚੰਗੀ ਕਾਰਗੁਜ਼ਾਰੀ ਵਿਖਾ ਕੇ ਸਾਬਤ ਕੀਤਾ ਹੈ ਕਿ ਅਸੀਂ ਕਿਸੇ ਵੀ ਹਾਲਾਤ ਵਿੱਚ ਲੜਨ ਦੇ ਯੋਗ ਹਾਂ। ਸੋ ਇੱਕ ਸਿਆਣੇ ਬੱਚੇ, ਸੋਹਜ ਬੱਚੇ ਇਸੇ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਲਗਾਤਾਰ ਅਣਥੱਕ ਆਪਣੀ ਮਿਹਨਤ ਨਾਲ ਬਿਨਾਂ ਕਿਸੇ ਮੁਸ਼ਕਲ ਤੋਂ, ਮੁਸ਼ਕਲਾਂ ਦੇ ਹੁੰਦਿਆਂ ਵੀ ਉਸ ਨੂੰ ਪਾਰ ਪਾ ਲੈਂਦੇ ਨੇ। ਸੋ ਸਵਾਗਤ ਕਰਨ ਤੋਂ ਬਾਅਦ ਤੁਹਾਡੀ ਸਿਹਤ ਜਾਬੀ ਦੀ ਕਾਮਨਾ ਕਰਦਾ ਹਾਂ ਕਿ ਤੁਸੀਂ ਤੰਦਰੁਸਤ ਰਹੋ, ਆਬਾਦ ਸ਼ਾਦ ਰਹੋ, ਨਿਰਵਾ ਜੀਵਨ ਬਤੀਤ ਕਰੋ ਅਤੇ ਲਗਾਤਾਰ ਪੜ੍ਹਦੇ ਰਹੋ। ਸੋ ਬੱਚਿਓ, ਗੱਲ ਹੁਣ ਵਿਸ਼ੇ ਸੰਬੰਧੀ ਕਰਦੇ ਹਾਂ, ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਬੇਟਾ, ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਕੱਢ ਲੈਣੀ ਹੈ, ਪੇਜ ਨੰਬਰ 88 ਤੋਂ ਕੱਢਣੀ ਹੈ, ਕਿਉਂਕਿ ਅਸੀਂ ਪਾਠ ਨੰਬਰ 14 ਜਿਹੜਾ ਹੈ ਮੇਰਾ ਪੰਜਾਬ, ਉਸਨੂੰ ਪੜ੍ਹ ਲਿਆ ਸੀ। ਮੈਂ ਸਕਰੀਨ ਥੱਲੇ ਕਰ ਰਿਹਾ ਹਾਂ, ਸਕਰੀਨ ਡਾਊਨ ਕਰ ਰਿਹਾ ਹਾਂ, ਸਕਰੋਲ ਕਰਨ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇਹ ਸਾਰਾ ਪਾਠ ਅਸੀਂ ਪੜ੍ਹ ਚੁੱਕੇ ਸੀ। ਪੜ੍ਹਨ ਤੋਂ ਬਾਅਦ ਅਸੀਂ ਇਸ ਦੀ ਅਭਿਆਸ ਵੀ ਜਿਹੜੀ ਸੀ ਉਹ ਕਾਫੀ ਹੱਦ ਤੱਕ ਕੰਪਲੀਟ ਕਰ ਲਈ ਸੀ। ਪਿਛਲੀ ਵੀਡੀਓ ਤੁਸੀਂ ਦੇਖ ਸਕਦੇ ਹੋ, ਅਗਰ ਉਹ ਵੀਡੀਓ ਤੁਸੀਂ ਨਹੀਂ ਦੇਖਿਆ ਤਾਂ ਮੇਰੀ ਪਲੇਲਿਸਟ ਜਾ ਕੇ ਵੀਡੀਓ ਦੇਖ ਸਕਦੇ ਹੋ, ਸਾਰਿਆਂ ਨੂੰ ਪਤਾ ਹੈ ਕਿ ਪਲੇਲਿਸਟ ਕਿਵੇਂ ਕੱਢਣੀ ਹੈ। ਸੋ ਪਲੇਲਿਸਟ 'ਤੇ ਜਾਣ ਲਈ ਬੇਟਾ ਤੁਸੀਂ ਮੇਰੇ ਚੈਨਲ ਨੂੰ ਵਿਜ਼ਿਟ ਕਰੋ, ਚੈਨਲ ਨੂੰ ਆਈ ਥਿੰਕ ਨੂੰ ਟੱਚ ਕਰੋਗੇ ਤਾਂ ਉੱਪਰ ਬਟਨ ਬਣਨਗੇ ਹੋਮ, ਵੀਡੀਓਜ਼, ਪਲੇਲਿਸਟ ਵਗੈਰਾ, ਉਹਨਾਂ 'ਤੇ ਤੁਸੀਂ ਪਲੇਲਿਸਟ 'ਤੇ ਕਲਿੱਕ ਕਰਨੀ ਹੈ। ਪਲੇਲਿਸਟ ਨੂੰ ਕਲਿੱਕ ਕਰਨ ਤੋਂ ਬਾਅਦ ਆਪਣੀ ਚੌਥੀ ਜਮਾਤ ਦੇ ਵਿਸ਼ੇ ਦੇ ਵਿੱਚ ਪੰਜਾਬੀ ਵਿਸ਼ਾ ਕੱਢ ਕੇ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ। ਸੋ ਆਪਾਂ ਕੀਤਾ ਸੀ ਯਾਦ ਰੱਖਣ ਯੋਗ ਗੱਲਾਂ, ਪੜ੍ਹੋ ਅਤੇ ਸਮਝੋ, ਫਿਰ ਅਸੀਂ ਪਹਿਰਾ ਪੜ੍ਹ ਕੇ ਜਿਹੜਾ ਹੈ ਉਹਦੇ ਪਹਿਰੇ ਦੇ ਵਿੱਚੋਂ ਅਸੀਂ ਜਿਹੜੇ ਪ੍ਰਸ਼ਨ ਪੁੱਛੇ ਸੀ ਉਹਨਾਂ ਦੇ ਉੱਤਰ ਆਪਾਂ ਹੇਠਾਂ ਇੱਥੇ ਦਿੱਤੇ ਸੀ, ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਹੁਣ ਆਪਾਂ ਇਸ ਤੋਂ ਅੱਗੇ ਇੱਕ ਸਟੈਪ ਪੇਜ ਨੰਬਰ 88 'ਤੇ ਜਾਣਾ ਹੈ, ਜਿੱਥੇ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਖਾਲੀ ਥਾਵਾਂ ਭਰੋ ਜਿਹੜਾ ਹੈ, ਇਸ ਤੋਂ ਜਿਹੜਾ ਹੈ ਇਹ ਸ਼ੁਰੂ ਕਰਨਾ ਹੈ। ਸੋ ਖਾਲੀ ਥਾਵਾਂ ਭਰੋ ਜੀ, ਪਹਿਲਾਂ ਤੁਹਾਡੇ ਸਾਹਮਣੇ ਹੈ ਖਾਲੀ ਥਾਂ, ਬਠਿੰਡੇ ਵਿੱਚ ਡੈਸ਼ ਦੀ ਸਭ ਤੋਂ ਵੱਡੀ ਛਾਉਣੀ ਹੈ। ਸੋ ਸਭ ਤੋਂ ਵੱਡੀ ਛਾਉਣੀ ਜਿਹੜੀ ਹੈ ਉਹ ਫੌਜ ਦੀ ਹੈ, ਤੁਹਾਨੂੰ ਪਤਾ ਹੀ ਹੈ, ਠੀਕ ਹੈ। ਔਰ ਇੱਥੇ ਆਪਾਂ ਫੌਜ ਦੀ ਛਾਉਣੀ ਕਵਾਂਗੇ ਕਿਉਂਕਿ ਬਠਿੰਡੇ ਵਿੱਚ ਸਭ ਤੋਂ ਵੱਡੀ ਛਾਉਣੀ ਫੌਜ ਦੀ ਹੈ। ਸੋ ਆਪਾਂ ਇੱਥੇ ਭਰਾਂਗੇ ਬਠਿੰਡੇ ਵਿੱਚ ਸਭ ਤੋਂ ਵੱਡੀ ਛਾਉਣੀ ਜਿਹੜੀ ਹੈ ਉਹ ਫੌਜ ਦੀ ਹੈ। ਅਤੇ ਦੂਸਰਾ ਹੈ ਪੰਜਾਬ ਦੇ ਤਿੰਨ ਭਾਗ ਕਿਹੜੇ ਨੇ, ਇਹ ਵੀ ਤੈਨੂੰ ਸਮਝਾਇਆ ਸੀ ਕਿ ਤਿੰਨ ਭਾਗਾਂ ਵਿੱਚ ਪੰਜਾਬ ਜਿਹੜਾ ਵੰਡਿਆ ਹੋਇਆ, ਮਾਝਾ, ਮਾਲਵਾ ਅਤੇ ਦੁਆਬਾ। ਸੋ ਸਾਰੇ ਬੱਚਿਆਂ ਨੇ ਇੱਥੇ ਖਾਲੀ ਸਥਾਨ 'ਤੇ ਮਾਝਾ ਅਤੇ ਦੁਆਬਾ ਭਰਨਾ, ਮਾਲਵਾ ਕਿਉਂਕਿ ਅੱਗੇ ਦਿੱਤਾ ਹੋਇਆ, ਠੀਕ ਹੈ। ਇਹ ਦੋ ਖਾਲੀ ਥਾਵਾਂ ਤੁਸੀਂ ਕਰ ਲੈਣੀਆਂ ਨੇ। ਇਸ ਤੋਂ ਅੱਗੇ ਹੈ ਪ੍ਰਸ਼ਨ ਦੇ ਉੱਤਰ ਦੇਣੇ ਆ ਕਿ ਪੰਜਾਬ ਦਾ ਨਾਂ, ਇਹ ਨਾਂ ਕਿਵੇਂ ਪਿਆ। ਸੋ ਚਲੋ ਆਪਾਂ ਹੁਣ ਇਹ ਪੰਜਾਬ ਦਾ ਨਾਂ ਕਿਵੇਂ ਪਿਆ ਹੈ, ਇਸ ਬਾਰੇ ਆਪਾਂ ਇਹਦਾ ਉੱਤਰ ਜਿਹੜਾ ਹੈ ਇੱਥੇ ਲਿਖਾਂਗੇ।
ਸੋ ਪੰਜ ਆਬ ਬੇਟਾ ਅਸੀਂ ਇਸ ਨੂੰ ਕਹਿੰਦੇ ਹਾਂ, ਪੰਜ ਦਰਿਆਵਾਂ ਦੀ ਧਰਤੀ ਇਸ ਨੂੰ ਕਹਿੰਦੇ ਹਾਂ। ਪੰਜਾਬ ਦਾ ਨਾਮ ਜਿਹੜਾ ਹੈ ਪੰਜ ਦਰਿਆਵਾਂ ਦੇ ਨਾਮ ਤੋਂ ਪਿਆ ਹੈ। ਪੰਜ ਦਰਿਆ ਮੈਂ ਤੁਹਾਨੂੰ ਪਿਛਲੇ ਵੀਡੀਓ 'ਚ ਦੱਸੇ ਸੀ ਕਿਹੜੇ ਕਿਹੜੇ ਆ, ਜਿਹੜੇ ਢਾਈ ਦਰਿਆ ਇੱਧਰ ਨੇ, ਢਾਈ ਦਾ ਭਾਵ ਕਿ ਦੋ ਦਰਿਆ ਪੂਰੇ ਇੱਧਰ ਵਗਦੇ ਨੇ, ਇੱਕ ਅੱਧਾ ਵਗਦਾ, ਅੱਧਾ ਕਿਹੜਾ ਵਗਦਾ ਰਾਵੀ, ਅਤੇ ਪੂਰੇ ਦੋ ਕਿਹੜੇ ਵਗਦੇ ਨੇ ਬਿਆਸ ਅਤੇ ਸਤਲੁਜ। ਲੇਕਿਨ ਦੋ ਦਰਿਆ ਜਿਹੜੇ ਨੇ ਪੂਰੇ ਉਹ ਪਾਕਿਸਤਾਨ 'ਚ ਨੇ, ਜੇਹਲਮ ਅਤੇ ਚਨਾਬ। ਸੋ ਰਾਵੀ ਵੀ ਪਾਕਿਸਤਾਨ ਦੇ ਨਾਲ ਨਾਲ ਅਤੇ ਪੰਜਾਬ ਦੇ ਨਾਲ ਨਾਲ ਜਿਹੜੀ ਵਗਦੀ ਹੋਈ ਅੱਗੇ ਤੁਰਦੀ ਹੈ। ਸੋ ਅੱਧਾ ਭਾਗ ਰਾਵੀ ਦਾ ਜਿਹੜਾ ਹੈ ਉਹ ਕਰੀਬ ਕਰੀਬ ਜਿਹੜਾ ਹੈ ਆਪਣੇ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਵੀ ਵਗਦਾ ਹੈ। ਸੋ ਪੰਜ ਦਰਿਆਵਾਂ ਦੇ ਨਾਂ 'ਤੇ ਇਹ ਪੰਜਾਬ ਦਾ ਨਾਮ ਜਿਹੜਾ ਹੈ ਪਿਆ ਹੈ। ਸਾਰੇ ਬੱਚੇ ਲਿਖ ਕੇ ਨੋਟ ਕਰ ਸਕਦੇ ਜੀ। ਇਸ ਤੋਂ ਅਗਲਾ ਹੈ, ਅੱਜ ਕੱਲ੍ਹ ਪੰਜਾਬ ਵਿੱਚ ਵਗਦੇ ਤਿੰਨ ਦਰਿਆਵਾਂ ਦੇ ਨਾਂ ਦੱਸੋ। ਸੋ ਆਪਾਂ ਹੁਣ ਤਿੰਨ ਦਰਿਆ ਲਿਖ ਦੇਵਾਂਗੇ, ਹੁਣੇ ਮੈਂ ਤੁਹਾਨੂੰ ਦੱਸ ਵੀ ਦਿੱਤੇ ਆ, ਆਓ ਆਪਾਂ ਇਸ ਨੂੰ ਲਿਖਦੇ ਹਾਂ। ਰਾਵੀ, ਸਤਲੁਜ ਅਤੇ ਬਿਆਸ ਤਿੰਨ ਦਰਿਆ ਪੰਜਾਬ ਵਿੱਚ ਵਗਦੇ ਹਨ, ਨੋਟ ਕਰ ਲਓ। ਇਸ ਤੋਂ ਅੱਗੇ ਹੈ ਪ੍ਰਸ਼ਨ ਨੰਬਰ ਜਿਹੜੀ, ਇਹਦੇ ਵਿੱਚ ਪੁੱਛਿਆ ਗਿਆ ਪੰਜਾਬ ਦੇ ਕਿਹੜੇ ਕਿਹੜੇ ਦੋ ਪ੍ਰਮੁੱਖ ਲੋਕ ਨਾਚ ਹਨ। ਅਤੇ ਸਾਰੇ ਬੱਚੇ ਜਾਣਦੇ ਆ, ਪਾਠ 'ਚ ਪੜ੍ਹਿਆ ਸੀ, ਪਿਛਲੀ ਵਾਰੀ ਵੀ ਦੱਸਿਆ ਸੀ ਕਿ ਗਿੱਧਾ ਅਤੇ ਭੰਗੜਾ ਜਿਹੜਾ ਹੈ ਪੰਜਾਬ ਦੇ ਦੋ ਮੁੱਖ ਲੋਕ ਨਾਚ ਹਨ। ਸੋ ਆਓ ਇਸ ਨੂੰ ਲਿਖਦੇ ਹਾਂ। ਪੰਜਾਬ ਦੇ ਪ੍ਰਮੁੱਖ ਲੋਕ ਨਾਚ ਗਿੱਧਾ ਅਤੇ ਭੰਗੜਾ ਹੈ, ਠੀਕ ਹੈ। ਸੋ ਪੰਜਾਬ ਦੀਆਂ ਵਿਰਾਸਤੀ ਖੇਡਾਂ ਦੇ ਨਾਮ ਆਪਾਂ ਲਿਖਣੇ ਨੇ। ਵਿਰਾਸਤੀ ਖੇਡਾਂ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਕਿ ਵਿਰਾਸਤੀ ਖੇਡਾਂ ਕੀ ਹੁੰਦੀਆਂ ਨੇ। ਵਿਰਾਸਤੀ ਖੇਡਾਂ ਉਹ ਖੇਡਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਵਿਰਸੇ 'ਚ ਮਿਲਦੀਆਂ ਨੇ, ਪਿੱਛੋਂ ਚਲੀਆਂ ਆਉਂਦੀਆਂ ਨੇ। ਸਾਡੇ ਬਜ਼ੁਰਗ ਦਾਦੇ ਪੜਦਾਦੇ ਖੇਡਦੇ ਸੀ। ਸਾਡੇ ਪੰਜਾਬ ਦਾ ਇਹ ਮੇਨ ਮੁੱਖ ਜਿਹੜਾ ਇਹ ਖੇਡ ਨਾਲ ਸੰਬੰਧਿਤ ਜਿਹੜੇ ਸਮੇਂ ਅਤੇ ਕਾਲ ਦੇ ਅਨੁਸਾਰ ਲਗਾਤਾਰ ਪਿੱਛੋਂ ਚੱਲਿਆ ਆ ਰਿਹਾ, ਸਾਡੇ ਬਜ਼ੁਰਗ ਖੇਡਦੇ ਆ ਰਹੇ ਆ, ਵੱਡੇ ਖੇਡਦੇ ਆ ਰਹੇ ਆ, ਉਸੇ ਤਰ੍ਹਾਂ ਹੀ ਪੰਜਾਬ ਦਾ ਇੱਕ
ਵਿਰਾਸਤੀ ਜਿਹੜਾ ਹੈ ਇਹ ਖੇਡ ਕਲਚਰ ਬਣ ਗਿਆ ਹੈ। ਸੋ ਪੁਰਾਣੀਆਂ ਖੇਡਾਂ ਜਿਹੜੀਆਂ ਨੇ ਪੰਜਾਬ ਦੀਆਂ ਉਹਨਾਂ ਵਿੱਚ ਸਭ ਤੋਂ ਪ੍ਰਮੁੱਖ ਕਬੱਡੀ ਹੈ, ਠੀਕ ਹੈ, ਫਿਰ ਹਾਕੀ ਹੈ, ਠੀਕ ਹੈ, ਔਰ ਇਹ ਪ੍ਰਮੁੱਖ ਜਿਹੜੇ ਵਿਰਾਸਤੀ ਖੇਡਾਂ ਨੇ ਇਹ ਆਪਾਂ ਦੋ ਲਿਖ ਸਕਦੇ ਹਾਂ। ਆਓ ਲਿਖੀਏ, ਪੰਜਾਬ ਦੀਆਂ ਵਿਰਾਸਤੀ ਖੇਡਾਂ ਕਬੱਡੀ, ਕੁਸ਼ਤੀ ਆਦਿ ਹਨ। ਕਬੱਡੀ ਅਤੇ ਕੁਸ਼ਤੀ ਦੋ ਪ੍ਰਮੁੱਖ ਖੇਡਾਂ ਨੇ ਜਿਹੜਾ ਬੇਟਾ ਪੰਜਾਬ ਦੀਆਂ, ਜਿਹੜੀਆਂ ਸਾਡੀਆਂ ਸਦੀਆਂ ਤੋਂ ਸੈਂਕੜੇ ਸਾਲਾਂ ਤੋਂ ਪੰਜਾਬ ਦੇ ਵਿੱਚ ਚੱਲੀਆਂ ਆ ਰਹੀਆਂ ਨੇ, ਕਿਸੇ ਨਾ ਕਿਸੇ ਰੂਪ ਵਿੱਚ ਇਹ ਪ੍ਰਚਲਿਤ ਨੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਪੇਜ ਨੰਬਰ ਆਪਾਂ 99 'ਤੇ। ਇਸ ਪ੍ਰਸ਼ਨ ਨੂੰ ਨੋਟ ਕਰ ਲਓ। ਅਗਲਾ ਪ੍ਰਸ਼ਨ ਹੈ, ਪੰਜਾਬ ਦੀ ਧਰਤੀ ਬੰਜਰ ਕਿਉਂ ਹੋ ਰਹੀ ਹੈ? ਆਪਾਂ ਪਾਠ ਵਿੱਚ ਪੜ੍ਹਿਆ ਸੀ ਬੇਟਾ ਕਿ ਬੰਜਰ ਧਰਤੀ ਕਿਉਂ ਹੋ ਰਹੀ ਹੈ। ਪ੍ਰਮੁੱਖ ਦੋ ਕਾਰਨ ਦੱਸੇ ਸੀ, ਇੱਕ ਤਾਂ ਰੁੱਖ ਦੀ ਕਟਾਈ, ਆਪਾਂ ਲਗਾਤਾਰ ਰੁੱਖਾਂ ਦੀ ਕਟਾਈ ਕਰੀ ਜਾ ਰਹੇ ਹਾਂ, ਮਕਾਨ ਅਤੇ ਰਿਹਾਇਸ਼ੀ ਮਕਾਨ ਜਿਹੜੇ ਆ, ਇੰਡਸਟਰੀਆਂ, ਉਦਯੋਗ ਜਿਹੜੇ ਲਗਾਈ ਜਾ ਰਹੇ ਹਾਂ, ਜਿਹਦੇ ਨਾਲ ਜਿਹੜੀ ਹੈ ਜਿਹੜੀ ਜੰਗਲਾਂ ਥੱਲੇ ਰੁੱਖਾਂ ਥੱਲੇ ਰਕਬਾ ਜਿਹੜਾ ਉਹ ਘੱਟਦਾ ਜਾ ਰਿਹਾ, ਇੱਕ ਤਾਂ ਪ੍ਰਮੁੱਖ ਕਾਰਨ ਇਹ ਹੈ। ਦੂਸਰਾ ਜਿਹੜਾ ਹੈ ਬੇਟਾ, ਵੱਧਦੀ ਹੋਈ ਆਬਾਦੀ ਅਤੇ ਘੱਟਦੇ ਹੋਏ ਸਰੋਤ ਜਿਹੜੇ ਨੇ ਉਹ ਵੀ ਮੁੱਖ ਕਾਰਨ ਨੇ ਜਿਹਦੇ ਕਾਰਨ ਕੀ ਹੈ ਕਿ ਸਾਡੀ ਧਰਤੀ ਜਿਹੜੀ ਬੰਜਰ ਹੋ ਰਹੀ ਹੈ। ਤੀਸਰਾ ਮੁੱਖ ਕਾਰਨ ਦੱਸਿਆ ਗਿਆ ਬੇਟਾ, ਜਿਹੜਾ ਆਪਾਂ ਪੜ੍ਹਿਆ ਸੀ ਕਿ ਲਗਾਤਾਰ ਸਪਰੇਅ ਅਤੇ ਦਵਾਈਆਂ ਦਾ ਛਿੜਕਾਅ, ਜ਼ਹਿਰੀ ਦਵਾਈਆਂ ਦਾ ਛਿੜਕਾਅ ਆਪਾਂ ਜ਼ਮੀਨ 'ਤੇ ਕਰਦੇ ਹਾਂ, ਜਿਹਦੇ ਕਾਰਨ ਧਰਤੀ ਜਿਹੜੀ ਸਾਡੀ ਬੰਜਰ ਹੋ ਰਹੀ ਹੈ। ਚੌਥਾ ਕਾਰਨ ਜਿਹੜਾ ਹੈ, ਪਾਣੀ ਦਾ ਲੈਵਲ ਘੱਟਦਾ ਜਾ ਰਿਹਾ, ਉਹ ਵੀ ਇਹਦੇ ਨਾਲ ਰਿਲੇਟਡ ਹੈ, ਕਿਉਂਕਿ ਪਾਣੀ ਦਾ ਸਤਰ ਜਿਹੜਾ ਹੈ ਉਹ ਘਟਣ ਦਾ ਕਾਰਨ ਇਹੋ ਹੀ ਹੈ ਕਿ ਜੰਗਲ ਘੱਟ ਰਹੇ ਨੇ, ਆਬਾਦੀ ਵੱਧ ਰਹੀ ਹੈ, ਇਸ ਕਰਕੇ ਬਰਸਾਤ ਜਿਹੜੀ ਹੈ ਉਸਦੀ ਮਿਕਦਾਰ ਜਿਹੜੀ ਹੈ, ਬਰਸਾਤ ਦਾ ਪੈਣਾ ਜਿਹੜਾ ਉਹ ਘੱਟ ਰਿਹਾ ਹੈ, ਜਿਸ ਕਾਰਨ ਜਿਹੜਾ ਹੈ ਇਹ ਮੁੱਖ ਕਾਰਨ ਜਿਹੜੇ ਧਰਤੀ ਨੂੰ ਬੰਜਰ ਹੋਣ ਲਈ ਸਾਬਤ ਹੁੰਦੇ ਨੇ। ਸੋ ਇਸ ਦਾ ਉੱਤਰ ਜਿਹੜਾ ਉਹ ਲਿਖਦੇ ਹਾਂ।
ਤੁਸੀਂ ਬੇਟਾ ਇਹ ਪ੍ਰਸ਼ਨ ਆਪਣੀ ਕਾਪੀ 'ਤੇ ਵੀ ਲਿਖ ਸਕਦੇ ਹੋ ਕਿਉਂਕਿ ਲੰਬਾ ਪ੍ਰਸ਼ਨ ਹੈ, ਤੁਸੀਂ ਆਪਣੇ ਕੋਲ ਵੀ ਐਡ ਕਰ ਸਕਦੇ ਹੋ। ਸੋ ਤੁਸੀਂ ਪ੍ਰਸ਼ਨ ਦਾ ਉੱਤਰ ਲਿਖ ਸਕਦੇ ਹੋ ਕਿ ਪੰਜਾਬ ਦੀ ਧਰਤੀ ਲਗਾਤਾਰ ਜ਼ਹਿਰੀਲੇ ਸਪਰੇ, ਜੰਗਲ ਅਤੇ ਰੁੱਖਾਂ ਦੀ ਘਾਟ ਅਤੇ ਪਾਣੀ ਦੀ ਕਮੀ ਕਾਰਨ ਜਿਹੜਾ ਹੈ ਬੰਜਰ ਜਿਹੜੀ ਹੈ ਹੁੰਦੀ ਜਾ ਰਹੀ ਹੈ। ਠੀਕ ਹੈ ਬੇਟਾ, ਇਹ ਉੱਤਰ ਤੁਸੀਂ ਜਿਹੜਾ ਹੈ ਬੇਟਾ ਨੋਟ ਕਰ ਲਓ। ਅੱਗੇ ਬੇਟਾ ਵਾਕਾਂ ਵਿੱਚ ਵਰਤੋਂ ਨੇ, ਇਸ ਨੂੰ ਕਰਾਂਗੇ। ਸਭ ਤੋਂ ਪਹਿਲਾਂ ਹੈ ਕੁਦਰਤ। ਠੀਕ ਹੈ, ਇਸ ਦਾ ਪਹਿਲਾਂ ਵਾਕ ਬਣਾਵਾਂਗੇ। ਕੁਦਰਤ ਬੇਟਾ ਨੇਚਰ ਨੂੰ ਕਹਿੰਦੇ ਨੇ, ਸਾਡਾ ਆਲਾ ਦੁਆਲਾ ਕੁਦਰਤ, ਜੋ ਵੀ ਸਾਨੂੰ ਹਵਾ, ਪਾਣੀ, ਅੱਗ, ਬਰਸਾਤ, ਸਰਦੀ, ਗਰਮੀ, ਇਹ ਸਾਰੇ ਕੁਦਰਤ ਦੇ ਗੇੜ ਦੇ ਵਿੱਚ ਆਉਂਦਾ। ਸੋ ਕੁਦਰਤ ਜਿਹੜੀ ਹੈ ਆਪਾਂ ਇਹਦੇ ਉੱਤੇ ਵਾਕ ਬਣਾਵਾਂਗੇ। ਆਓ ਬਣਾਈਏ। ਪਾਣੀ ਦੀ ਘਾਟ ਨਾਲ ਕੁਦਰਤੀ ਸਰੋਤ ਵੀ ਘੱਟਦੇ ਜਾ ਰਹੇ ਹਨ। ਜਿਵੇਂ ਕਿ ਜਿਵੇਂ ਬੇਟਾ ਪਾਣੀ ਦੀ ਘਾਟ ਹੁੰਦੀ ਹੈ, ਆਪਾਂ ਵਾਕ ਬਣਾ ਲਿਆ ਕਿ ਕੁਦਰਤੀ ਸਰੋਤ ਕਿਹੜੇ ਕਿਹੜੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਤਾਂ ਮੁੱਖ ਹੈ ਹੀ ਹੈ, ਇਸ ਤੋਂ ਬਾਅਦ ਜੰਗਲ ਨੇ, ਠੀਕ ਹੈ, ਹਰਿਆਵਲ ਹੈ, ਸਾਡਾ ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ, ਈਕੋ ਸਿਸਟਮ, ਸਾਡਾ ਆਲਾ ਦੁਆਲਾ ਵਾਤਾਵਰਣ, ਇੱਥੇ ਕਾਫੀ ਪ੍ਰਭਾਵ ਪੈ ਰਿਹਾ ਜਿਹੜਾ ਕਿ ਕੁਦਰਤ ਦੇ ਘੇਰੇ ਦੇ ਅੰਦਰ ਆਉਂਦਾ। ਸੋ ਪਾਣੀ ਦੀ ਘਾਟ ਜਿਹੜੀ ਹੈ, ਜਿਵੇਂ ਅਸੀਂ ਆਪਣੇ ਰੁੱਖ ਜਿਹੜੇ ਹੈ ਉਹ ਕਟਾਈ ਕਰੀ ਜਾ ਰਹੇ ਹਾਂ, ਉੱਪਰ ਵੀ ਆਪਾਂ ਪੜ੍ਹ ਕੇ ਆਏ ਹਾਂ, ਪ੍ਰਸ਼ਨਾਂ ਦੇ ਉੱਤਰ ਦੇ ਕੇ ਆਏ ਹਾਂ, ਜਿਹਦੇ ਕਾਰਨ ਕੀ ਹੈ ਕਿ ਰੁੱਖ ਜਦੋਂ ਘੱਟਦੇ ਨੇ ਤਾਂ ਬਰਸਾਤ ਵੀ ਘੱਟਦੀ ਹੈ, ਬਰਸਾਤ ਘੱਟ ਹੁੰਦੀ ਹੈ, ਧਰਤੀ ਬੰਜਰ ਹੁੰਦੀ ਹੈ, ਪਾਣੀ ਦੀ ਘਾਟ ਕਾਰਨ ਜਿਹੜਾ ਹੈ ਕੁਦਰਤ ਵੀ ਨਾਰਾਜ਼ ਹੁੰਦੀ ਹੈ, ਸੋ ਸਰੋਤ ਜਿਹੜੇ ਨੇ ਘੱਟਦੇ ਨੇ। ਦੂਸਰਾ ਵਾਕ ਲਿਖਦੇ ਹਾਂ, ਇਸ ਨੂੰ ਨੋਟ ਕਰ ਲਓ, ਸੰਸਾਰ। ਦੂਸਰਾ ਹੈ ਸੰਸਾਰ। ਸੰਸਾਰ ਦਾ ਅਸੀਂ ਵਾਕ ਬਣਾਵਾਂਗੇ ਕਿ ਸੰਸਾਰ ਅੱਜ ਕੱਲ੍ਹ ਸੰਸਾਰ ਇੱਕ ਪਿੰਡ ਬਣ ਗਿਆ ਹੈ। ਬੇਟਾ ਜਿਹੜਾ ਸੰਸਾਰ ਹੈ ਪਿੰਡ ਕਿਵੇਂ ਬਣ ਗਿਆ, ਕਿਉਂਕਿ ਅਸੀਂ ਅੱਜ ਫੋਨ ਕਾਲਸ ਦੀ ਮਦਦ ਨਾਲ, ਵੀਡੀਓ ਕਾਲਸ ਦੀ ਮਦਦ ਨਾਲ, ਇੱਕ ਦੂਜੇ ਨਾਲ ਖਬਰਾਂ ਦੇ ਰਾਬਤੇ ਨਾਲ, ਸਾਨੂੰ ਐਵੇਂ ਲੱਗਦਾ ਹੈ ਜਿਵੇਂ ਕਿ ਇਹ ਛੋਟੇ ਛੋਟੇ ਪਿੰਡ ਹੀ ਨੇ ਜਿਹੜੇ ਸਾਡੇ ਦੇਸ਼ 'ਚ ਦੂਰ ਦੂਰ ਨਜ਼ਰ ਆਉਂਦੇ ਨੇ। ਸੋ ਤੀਸਰਾ ਵਾਕ ਹੈ ਸਤਿਕਾਰ। ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬਹੁਤ ਆਸਾਨ ਵਾਕ ਲਿਖ ਸਕਦੇ ਹੋ।
ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਹੈ। ਇਹ ਤਿੰਨ ਵਾਕ ਪੜ੍ਹਾ ਨੋਟ ਕਰੋ, ਫਿਰ ਅੱਗੇ ਕਰਦੇ ਹਾਂ। ਸ਼ਾਬਾਸ਼। ਅਗਲਾ ਵਾਕ ਹੈ ਸਾਡਾ ਧਰਤੀ। ਅੱਜ ਕੱਲ੍ਹ ਧਰਤੀ ਲਗਾਤਾਰ ਬੰਜਰ ਹੋ ਰਹੀ ਹੈ, ਇਹ ਵੀ ਵਾਕ ਲਿਖ ਸਕਦੇ ਹੋ। ਇਹ ਵੀ ਲਿਖ ਸਕਦੇ ਹੋ ਧਰਤੀ ਸਾਡੀ ਮਾਂ ਹੈ, ਇਹ ਵੀ ਲਿਖ ਸਕਦੇ ਹੋ। ਇਹ ਵੀ ਲਿਖ ਸਕਦੇ ਹੋ ਕਿ ਧਰਤੀ ਕੁਦਰਤ ਦਾ ਇੱਕ ਅਨਮੋਲ, ਕੁਦਰਤ ਦੀ ਇੱਕ ਅਨਮੋਲ ਦਾਤ ਹੈ, ਸਾਨੂੰ ਦਿੱਤੀ ਹੋਈ ਹੈ, ਅਸੀਂ ਇਸ 'ਤੇ ਰਹਿੰਦੇ ਹਾਂ। ਇਹ ਵੀ ਲਿਖ ਸਕਦੇ ਹੋ। ਇਹ ਵੀ ਲਿਖ ਸਕਦੇ ਹੋ ਕਿ ਧਰਤੀ ਉੱਪਰ ਜੰਗਲ ਘਟ ਰਹੇ ਹਨ। ਕੋਈ ਵੀ ਤੁਸੀਂ ਵਾਕ ਲਿਖ ਸਕਦੇ ਹੋ। ਆਓ ਲਿਖੀਏ। ਠੀਕ ਹੈ ਬੇਟਾ, ਨੋਟ ਕਰ ਲਓ ਇਸਨੂੰ। ਸੋ ਇਸ ਬੇਟਾ ਅੱਜ ਅਸੀਂ ਕੀਤਾ ਕਿ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਵਾਕਾਂ ਵਿੱਚ ਵਰਤੋਂ ਅਸੀਂ ਅੱਜ ਕੀਤਾ। ਸੋ ਇਹ ਦੋਨੋਂ ਕੰਮ ਕੀਤੇ ਕਿਉਂਕਿ ਵੀਡੀਓ ਲੰਬੀ ਨਾ ਹੋਵੇ, ਬਾਕੀ ਅਭਿਆਸ ਅਸੀਂ ਨੈਕਸਟ ਵੀਡੀਓ 'ਚ ਕਵਰ ਕਰਾਂਗੇ। ਸੋ ਸਾਰੇ ਚੌਥੀ ਜਮਾਤ ਦੇ ਬੱਚਿਆਂ ਨੂੰ ਬੇਨਤੀ ਹੈ ਕਿ ਸਾਰੇ ਬੱਚੇ ਘਰ ਬੈਠ ਕੇ ਸਾਰਾ ਕੰਮ ਜਿਹੜਾ ਆਪਣੀ ਕਾਪੀਆਂ 'ਤੇ ਕਰਨਗੇ, ਕਿਤਾਬਾਂ 'ਤੇ ਕਰਨਗੇ। ਔਰ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਅਜੇ ਤੱਕ ਬੱਚਿਆਂ ਨੂੰ ਵੀਡੀਓ ਸ਼ੇਅਰ ਨਹੀਂ ਹੋਇਆ, ਕਿਰਪਾ ਕਰਕੇ ਜ਼ਰੂਰ ਸ਼ੇਅਰ ਕਰਿਓ, ਤਾਂ ਕਿ ਚੌਥੀ ਜਮਾਤ ਦੇ ਕੋਈ ਵੀ ਬੱਚਾ ਵਿਰਵਾ ਨਾ ਰਹੇ ਕੰਮ ਕਰਨ ਤੋਂ। ਸੋ ਆਪਣਾ ਖਿਆਲ ਰੱਖਿਓ ਬੱਚਿਓ, ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।